ਅੱਜ ਸ਼ੁਭ ਦਿਹਾੜਾ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ 5 ਰੋਜ਼ਾ ਪ੍ਰੋਗਰਾਮ ਚੱਲ ਰਿਹਾ, ਜਿਨ੍ਹਾਂ ਦੇ ਪਾਠ ਪ੍ਰਕਾਸ਼ 24 ਅਗਸਤ ਨੂੰ ਸ਼ੁਰੂ ਹੋਏ, ਅੱਜ 27 ਅਗਸਤ ਹੈ ਅਤੇ 27 ਅਗਸਤ ਨੂੰ ਨਗਰ ਕੀਰਤਨ ਹੋਇਆ ਸਰੋਵਰ ਦੇ ਦਾਲੇ ਦੀ। ਲੱਖਾਂ ਦੁਨੀਆ ਦਾ ਇਕੱਠ ਠਾਠਾ ਮਾਰਦਾ, ਬਹੁਤ ਵੱਡਾ ਇਕੱਠ ਇੱਥੇ। ਜਿਹੜੇ ਪਾਠੀ ਸਿੰਘ ਹੈ ਉਹ 349 ਖੰਡ ਪਾਠ, ਜਿਨ੍ਹਾਂ ਦੀ ਭੋਗ ਕੱਲ੍ਹ ਨੂੰ ਪੈਣਗੇ, ਅਰਦਾਸ ਹੋਵੇਗੀ। ਜਿੱਥੇ ਇਸ ਸ਼ੁਭ ਦਿਹਾੜੇ 'ਤੇ ਜਿੰਨੀਆਂ ਵੀ ਸੰਗਤਾਂ ਦੇਸਾਂ ਪ੍ਰਦੇਸਾਂ ਤੋਂ ਮਹਾਂਪੁਰਸ਼ ਆਏ ਹੈ, ਅਸੀਂ ਸਾਰੀਆਂ ਸੰਗਤਾਂ ਨੂੰ ਆਪਣੇ ਵੱਲੋਂ ਇਸ ਨਾਨਸਾ ਦੀ ਸੰਪਰਤਾ ਵੱਲੋਂ ਜੀ ਆਇਆ ਜੀ ਆਇਆ ਜੀ ਆਇਆ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਆਨੰਦ ਸਿੰਘ ਜੀ ਦਾ ਜੋ ਬਰਸੀ ਦਾ ਦਿਹਾੜਾ ਚੱਲ ਰਿਹਾ ਹੈ, ਹੁਣ ਨਗਰ ਕੀਰਤਨ ਨਿਕਲ ਰਿਹਾ ਹੈ, ਸੰਗਤਾਂ ਦਾ ਪਿਆਰ ਦਾ ਸਮੁੰਦਰ ਠਾਠਾ ਮਾਰਿਆ, ਕਿਤੇ ਤਿਲ ਸੁੱਟਣ ਨੂੰ ਵੀ ਜਗ੍ਹਾ ਨਹੀਂ। ਇਤਨਾ ਪਿਆਰ ਵੀ ਸੰਗਤਾਂ ਭਿੱਜ ਕੇ ਇੰਨਾ ਸਖਸ਼ਤ ਕਰ ਰਹੀਆਂ ਨੇ, ਔਰ ਬੜਾ ਹੀ ਸੁਹਾਵਣਾ ਬੜਾ ਸੁੰਦਰ ਪ੍ਰੋਗਰਾਮ ਸਾਰਾ ਚੱਲ ਰਿਹਾ ਹੈ। ਅੱਜ ਰਾਤ ਦਾ ਰਹਿਣ ਸਫਾਈ ਪ੍ਰੋਗਰਾਮ ਆ, ਅਤੇ ਕੱਲ੍ਹ ਨੂੰ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣੇ ਆ, ਉਪਰੰਤ ਸ਼ੁਭ ਦੀਵਾਨ ਸਜਾਏ ਜਾਣੇ ਆ, ਉਪਰੰਤ ਨਾਲ ਹੀ ਅੰਮ੍ਰਿਤ ਸੰਚਾਰ ਹੋਵੇਗਾ ਬੜਾ ਭਾਰੀ ਮਾਤਰਾ ਵਿੱਚ। ਅਤੇ ਸੰਗਤਾਂ ਨੂੰ ਅਰਦਾਸ ਅਪੀਲ ਕਰਦਾ ਕਿ ਤਗੜੇ ਹੋ ਕੇ ਜਿਹੜਾ ਸਮਾਂ ਬਾਕੀ ਰਹਿੰਦਾ ਲਾਹਾ ਲੈ ਲਓ। ਹਰ ਤਰ੍ਹਾਂ ਦੇ ਇੱਥੇ ਪ੍ਰਬੰਧ, ਕਿਸੇ ਪਾਸੋਂ ਵੀ ਕੋਈ ਢਿੱਲ ਮੱਠ ਨਹੀਂ, ਬੇਅੰਤ ਪਦਾਰਥ ਵਰਤ ਰਹੇ ਜਿਹੜੇ ਤਗੜੇ ਹੋ ਕੇ ਗੁਰੂ ਦੀਆਂ ਮਕਸਾਂ ਸ਼ੀਸ਼ਾਂ ਦੇ ਪਾਤਰ ਬਣੋ।